ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਰਾਜ ਪੰਜਾਬੀ ਕਹਾਣੀਆਂ ਵਿੱਚ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ। ਅੱਜ ਤੁਹਾਡੇ ਲਈ ਕਹਾਣੀ ਪੇਸ਼ ਕਰਨ ਜਾ ਰਿਹਾ ਫਿਰ ਉਹੀ ਮੋੜ ਜ਼ਿੰਦਗੀ ਦਾ 28ਵਾਂ ਭਾਗ। ਸੁਮਨ ਬਹੁਤ ਹੀ ਬੇਬਸ ਹੋ ਚੁੱਕੀ ਸੀ। ਸੁਮਨ ਅਤੇ ਲਤਾ ਨੇ ਕਈ ਗੇੜੇ ਏਜੰਟ ਦੇ ਦਫ਼ਤਰ ਵੀ ਮਾਰ ਲਏ ਸਨ, ਪਰ ਉੱਥੇ ਪਹਿਲਾਂ ਹੀ ਹੋਰ ਬੰਦੇ ਜੋ ਉਸ ਦੀ ਠੱਗੀ ਦਾ ਸ਼ਿਕਾਰ ਹੋਏ ਸਨ ਉਹ ਬੈਠੇ ਆਪਣਾ ਰੋਣਾ ਰੋ ਰਹੇ ਹੁੰਦੇ ਹਨ। ਸੁਮਨ ਨੇ ਆਖਰ ਘਰਦਿਆਂ ਨੂੰ ਦੱਸ ਦਿੱਤਾ ਸੀ ਕਿ ਏਜੰਟ ਬਾਰੇ। ਸਭ ਨੂੰ ਦੁੱਖ ਤਾਂ ਬਹੁਤ ਹੋਇਆ, ਜੋ ਹੋਣਾ ਹੀ ਸੀ, ਕਿਉਂਕਿ ਲਗਭਗ 8,62,000 ਰੁਪਏ ਸੁਮਨ ਦਾ ਏਜੰਟ ਵੱਲ ਮੋਟਾ ਮੋਟਾ ਜਾ ਚੁੱਕਾ ਸੀ। ਉਹ ਵੀ ਆਪਣਾ ਸਭ ਕੁਝ ਗਵਾ ਕੇ, ਜੋ ਕੈਨੇਡਾ ਜਾਣ ਦੇ ਨਾਮ ਤੋਂ ਸਹੁਰੇ ਘਰ 'ਚ ਜਿੱਲਤ ਸਹੀ ਸੀ ਉਹ ਅਲੱਗ, ਪਰ ਸੁਮਨ ਦੇ ਡੈਡੀ ਨੇ ਸੁਮਨ ਨੂੰ ਸੁਝਾਵ ਦਿੱਤਾ। ਡੈਡੀ ਸੋਚਦੇ ਹੋਏ, ਪੈਸੇ ਤਾਂ ਤੇਰੇ ਡੁੱਬ ਗਏ ਹੁਣ, ਤੂੰ ਦੱਸ ਕਿ ਉਸ ਏਜੰਟ 'ਤੇ ਕੇਸ ਪਾਈਏ ਜਾਂ ਨਹੀਂ। ਮੈਨੂੰ ਲੱਗਦਾ ਕੋਈ ਫਾਇਦਾ ਨਹੀਂ ਕੇਸ ਪਾਉਣ ਦਾ ਉਹਦੇ 'ਤੇ। ਸੁਮਨ ਘੋਖਦਿਆਂ ਹੋਏ, ਉਹ ਕਿੱਦਾਂ? ਡੈਡੀ ਸਮਝਾਉਂਦੇ ਹੋਏ, ਤੂੰ ਕਹਿੰਦੀ ਆ ਕਿ ਉਹਦੇ 'ਤੇ ਪਹਿਲਾਂ ਵੀ ਕਈ ਕੇਸ ਪੈ ਚੁੱਕੇ ਆ ਅਤੇ ਉਹ ਕਿਤੇ ਲੁਕਿਆ ਵੀ ਹੋਇਆ। 20 ਕੇਸ ਤਾਂ ਉਹਦੇ 'ਤੇ ਪਹਿਲਾਂ ਹੀ ਚੱਲਦੇ ਆ, ਅਸੀਂ ਕੀ ਕਰਨਾ ਸਜ਼ਾ ਦਵਾ ਕੇ ਉਹਨੂੰ? ਤੂੰ ਪਹਿਲਾਂ ਹੀ ਪਰੇਸ਼ਾਨ ਆ ਆਪਣੀ ਨਿੱਜੀ ਜ਼ਿੰਦਗੀ 'ਚ, ਫਿਰ ਕੋਰਟ ਕਚਹਿਰੀਆਂ ਦੇ ਧੱਕੇ ਖਾ ਕੇ ਉਸ ਨੂੰ ਸਜ਼ਾ ਦਵਾ ਕੇ ਅਸੀਂ ਕੀ ਕਰਨਾ ਜਦ ਸਾਡੇ ਪੈਸੇ ਹੀ ਨਹੀਂ ਮਿਲਣੇ? ਬਾਕੀ ਤੂੰ ਦੱਸ ਦੇ। ਸੁਮਨ ਹਤਾਸ਼ ਹੁੰਦਿਆਂ, ਮੈਂ ਵੀ ਕੋਈ ਕੇਸ ਕੂਸ ਨਹੀਂ ਪਾਉਣਾ ਚਾਹੁੰਦੀ, ਅਸੀਂ ਸਜ਼ਾ ਦਵਾ ਕੇ ਕੀ ਕਰਨਾ? ਸਾਨੂੰ ਤਾਂ ਆਪਣੇ ਪੈਸੇ ਨਾਲ ਮਤਲਬ ਸੀ ਜੋ ਗਏ ਹੱਥੋਂ। ਮੈਂ ਨਹੀਂ ਕਰਨਾ ਕੋਈ ਕੇਸ ਕੂਸ। ਸੁਮਨ ਨੇ ਏਜੰਟ 'ਤੇ ਕੋਈ ਕੇਸ ਨਹੀਂ ਕੀਤਾ ਕਿਉਂਕਿ ਉਸਨੂੰ ਸਿਰਫ ਆਪਣੇ ਪੈਸੇ ਨਾਲ ਮਤਲਬ ਸੀ। ਹਾਲਾਂਕਿ ਕੁਝ ਦੇਰ ਬਾਅਦ ਸੁਮਨ ਦੇ ਘਰਦਿਆਂ ਨੇ ਸਭ ਦੀ ਸਲਾਹ ਨਾਲ ਉਸ ਏਜੰਟ ਨੂੰ ਡਰਾਵੇ ਜ਼ਰੂਰ ਦਿੱਤੇ ਕਿਸੇ VIP ਬੰਦੇ ਦੇ ਰਾਹੀਂ। ਉਹ ਉਹਨਾਂ ਦੇ 8 ਲੱਖ ਨਹੀਂ ਤਾਂ 5 ਲੱਖ ਹੀ ਮੋੜ ਦੇਵੇ। ਪਰ ਇਹ ਸਭ ਕੋਸ਼ਿਸ਼ਾਂ ਸੁਮਨ ਦੇ ਬਾਕੀ ਝਮੇਲਿਆਂ ਦੇ ਨਾਲ ਨਾਲ ਚੱਲਦਿਆਂ ਰਹੀਆਂ ਸਨ। ਉਸ ਦੇ ਹੱਥ ਕੁਝ ਨਾ ਲੱਗਾ ਅਤੇ ਹਾਰ ਕੇ ਉਸ ਨੂੰ ਆਪਣਾ ਪੈਸਾ ਭੁੱਲਣਾ ਪਿਆ। ਲਤਾ ਨੇ ਹੁਣ ਸੁਮਨ ਨੂੰ ਉਸ ਦੇ ਲਈ ਵਧੀਆ ਸਲਾਹ ਦੇਣੀ ਸ਼ੁਰੂ ਕੀਤੀ ਕਿਉਂਕਿ ਉਹ ਜੋੜ ਤੋੜ ਲਗਾਉਣ 'ਚ ਪਹਿਲਾਂ ਹੀ ਮਾਹਿਰ ਸੀ। ਉਹ ਚਾਹੁੰਦੀ ਸੀ ਕਿ ਜੇ ਸੁਮਨ ਆਪਣੇ ਪੈਸੇ ਡੁੱਬ ਜਾਣ ਤੋਂ ਦੁਖੀ ਹੈ ਤਾਂ ਉਸ ਦਾ ਕੁਝ ਤਾਂ ਪੋਜ਼ਿਟਿਵ ਕਰੋ। ਲਤਾ ਸਮਝਾਉਂਦੇ ਹੋਏ, ਹੁਣ ਤੂੰ ਇੱਦਾਂ ਕਰ, ਜਿਹੜੀ ਤੂੰ FD ਕਰਾਈ ਸੀ ਉਹ ਤੁੜਾ ਲੈ। ਤੁੜਾ ਕੇ ਤੂੰ ਪਹਿਲਾਂ ਆਪਣਾ ਲੋਨ ਲਾ 4 ਲੱਖ ਦਾ ਜਿਹੜਾ ਚੱਲਦਾ, ਅਤੇ ਬਾਕੀ ਪੈਸੇ ਇੱਦਾਂ ਕਰ ਤੂੰ ਪਲਾਟ ਲੈ ਲੈ। ਹੁਣ ਤੂੰ ਪਿੰਡ ਤਾਂ ਜਾਣਾ ਨਹੀਂ ਵਾਪਸ, ਪਲੋਟ ਦੇਖ ਲੈ ਕਿਤੇ ਇੱਥੇ ਹੀ। ਸੁਮਨ ਉਤਸੁਕਤਾ ਨਾਲ, ਗੱਲ ਤਾਂ ਸਹੀ ਹੈ ਤੇਰੀ, ਮੈਂ ਵੀ ਚਾਹੁੰਦੀ ਹਾਂ ਪਲਾਟ ਲੈਣਾ। ਲਤਾ ਉਤਸੁਕਤਾ ਨਾਲ, ਨਾਲੇ ਤੂੰ ਕਹਿੰਦੀ ਸੀ ਕਿ ਗੱਡੀ ਸਿੱਖਣ ਨੂੰ ਬਹੁਤ ਦਿਲ ਕਰਦਾ ਤੇਰਾ, ਹੁਣ ਤੇਰੇ ਕੋਲ ਸ਼ਾਮ ਨੂੰ ਟਾਈਮ ਥੋੜ੍ਹਾ ਬਹੁਤ ਜਿਹੜਾ ਹੁੰਦਾ ਉਹਦੇ 'ਚ ਗੱਡੀ ਸਿੱਖ ਲੈ। ਹੁਣ ਤੂੰ ਉਹ ਸਭ ਕੁਝ ਕਰ ਜੋ ਤੂੰ ਨਹੀਂ ਕਰ ਸਕੀ ਲਾਈਫ 'ਚ, ਆਪਣਾ ਦੇਖ ਬਸ। ਸੁਮਨ ਸੋਚਦੇ ਹੋਏ, ਗੱਡੀ ਮੈਨੂੰ ਕਿੱਥੋਂ ਆਉਣੀ ਚਲਾਉਣੀ, ਮੈਨੂੰ ਨਹੀਂ ਲੱਗਦਾ। ਹਾਂ, ਮੇਰਾ ਸੁਪਨਾ ਤਾਂ ਬਹੁਤ ਹੈ ਕਿ ਮੈਂ ਗੱਡੀ ਚਲਾਵਾਂ, ਪਰ ਲੱਗਦਾ ਨਹੀਂ ਕਿ ਪੂਰਾ ਹੋਣਾ। ਲਤਾ ਜ਼ੋਰ ਪਾਉਂਦੇ ਹੋਏ, ਸੁਪਨੇ ਦੇਖਣ ਨਾਲ ਹੀ ਪੂਰੇ ਹੁੰਦੇ ਹੈ, ਬਸ ਤੂੰ ਸਭ ਕੁਝ ਮੇਰੇ 'ਤੇ ਛੱਡ ਦੇ। ਪਹਿਲਾਂ ਆਪਾਂ FD ਤੁੜਾਉਣੀ ਆ, ਅੱਧੇ ਪੈਸਿਆਂ ਦਾ ਲੋਨ ਕਲੀਅਰ ਕਰਨਾ, 2 ਲੋਨ ਚੱਲਦੇ ਤੇਰੇ ਹੋਣ। ਇੱਕ ਤਾਂ ਉਹ ਅਨੁਜ ਲਈ ਜਿਹੜਾ ਲਿਆ ਸੀ 4 ਲੱਖ ਦਾ, ਹੈ ਨਾ, ਅਤੇ ਦੂਜਾ ਪਰਸਨਲ ਲੋਨ ਕਿੰਨਾ ਕੁ ਰਹਿੰਦਾ? ਸੁਮਨ ਸੋਚਦੇ, 3 ਲੱਖ ਉਹ ਰਹਿੰਦਾ,
ਅਤੇ ਦੂਜਾ ਵੀ ਰਹਿੰਦਾ ਲੱਖ ਕੁ ਉਤਾਰਨ ਨੂੰ ਲਤਾ ਉਤਸੁਕਤਾ ਨਾਲ। ਬਸ ਫਿਰ ਐਫ ਡੀ ਤੁੜਾ ਲੈ ਅਤੇ ਪਹਿਲਾਂ ਲੋਨ ਉਤਾਰ ਆਪਣਾ ਅਤੇ ਬਾਕੀ ਪੈਸੇ ਜ਼ਮੀਨ 'ਚ ਇਨਵੈਸਟ ਕਰ। ਆਪਣੇ ਬਾਰੇ ਸੋਚ ਹੁਣ ਬਸ। ਸੁਮਨ ਟੈਂਸ਼ਨ 'ਚ, ਚੱਲ ਠੀਕ ਹੈ ਪਰ ਇੰਨਾ ਕੁਝ ਕਿੱਦਾਂ ਹੋਵੇਗਾ, ਪਲਾਟ ਕਿਹੜਾ ਸਸਤਾ ਮਿਲ ਜਾਣਾ। ਲਤਾ ਟੈਂਸ਼ਨ ਫਰੀ ਕਰਦੇ ਹੋਏ, ਸਭ ਹੋ ਜਾਣਾ, ਬਸ ਤੂੰ ਟੈਂਸ਼ਨ ਨਾ ਲੈ ਉਹਦੀ। ਮੈਂ ਸੋਚਿਆ ਕਿੱਦਾਂ ਕਿੱਦਾਂ ਕਰਨਾ ਸਭ, ਤੂੰ ਬਸ ਹੁਣ ਤਿਆਰ ਰਹਿ ਇਸ ਕੰਮ ਲਈ। ਪਹਿਲਾਂ ਅਨੁਜ ਨੂੰ ਬੁਲਾ ਕੇ ਨਾਲ ਜਾ ਕੇ ਐਫ ਡੀ ਤੁੜਵਾ, ਕਿਉਂਕਿ ਉਹਦੇ ਸਾਈਨ ਨਾਲ ਹੀ ਨਿਕਲਣੇ ਪੈਸੇ ਉਸ ਦੀ ਐਫ ਡੀ ਵਾਲੇ, 6 ਲੱਖ ਦੀ ਆ ਉਹਦੀ, ਉਹ ਕਢਵਾ ਪਹਿਲਾਂ ਜਾ ਕੇ। ਸੁਮਨ ਟੈਂਸ਼ਨ 'ਚ, ਉਹਨੇ ਕਹਿਣਾ ਇਹ ਕਢਵਾਉਣੇ ਆ ਹੁਣ, ਫਿਰ ਕੀ ਕਹੂੰਗੀ। ਲਤਾ, ਕਹਿਣਾ ਕੀ ਹੈ, ਤੂੰ ਕਹਿ ਦੇਈਂ ਕਿ ਭਤੀਜੇ ਨੂੰ ਚਾਹੀਦੇ ਆ ਜ਼ਰੂਰੀ, ਬਾਹਰ ਨੂੰ ਭੇਜਣੇ ਆ, ਅਜੇ ਪਲੋਟ ਦਾ ਨਾਂ ਦੱਸੀ ਕੁਝ। ਸੁਮਨ ਸੋਚਦੇ ਹੋਏ, ਚੱਲ ਦੇਖ ਲਊਂਗੀ ਜਿੱਦਾਂ ਵੀ ਹੋਈ। ਸੁਮਨ ਨੇ ਅਗਲੇ ਦਿਨ ਹੀ ਅਨੁਜ ਨੂੰ ਕਹਿ ਕੇ ਪੈਸੇ ਕਢਵਾ ਲਏ ਅਤੇ 2-3 ਦਿਨ 'ਚ ਆਪਣੇ ਲੋਨ ਦੇ ਪੈਸੇ ਪਹਿਲਾਂ ਉਤਾਰੇ ਅਤੇ ਬਾਕੀ ਪੈਸੇ ਆਪਣੇ ਖਾਤੇ 'ਚ ਜਮ੍ਹਾਂ ਕਰਾ ਲਏ। ਸੁਮਨ ਅੱਜ ਕੱਲ੍ਹ ਗੱਲ ਗੱਲ 'ਤੇ ਗੁੱਸਾ ਹੋ ਜਾਂਦੀ ਅਤੇ ਉਸੇ ਗੱਲ ਤੋਂ ਬਾਅਦ 'ਚ ਰੋਣ ਵੀ ਲੱਗਦੀ। ਵਨੀਤਾ ਨੇ ਹੁਣ ਸੁਮਨ ਦੇ ਘਰ ਸੋਨੀ ਕੰਮ ਵਾਲੀ ਨੂੰ ਦੁਪਹਿਰ ਟਾਈਮ ਭੇਜਣਾ ਸ਼ੁਰੂ ਕਰ ਦਿੱਤਾ ਸੀ ਤਾਂ ਕਿ ਉਸ ਨੂੰ ਸਕੂਲ ਤੋਂ ਆ ਕੇ ਝਾੜੂ ਪੋਚਾ ਨਾ ਲਾਉਣਾ ਪਵੇ। ਸੁਮਨ ਦੀ ਅੱਜ ਕੱਲ੍ਹ ਨੱਠ ਭੱਜ ਬਹੁਤ ਸੀ। ਉਹ ਸਕੂਲ ਤੋਂ ਆ ਕੇ ਪਹਿਲਾਂ ਆਪਣੀਆਂ ਜ਼ਿੰਮੇਵਾਰੀਆਂ ਨਜਿੱਠਦੀ ਅਤੇ ਉਸੇ ਦੌਰਾਨ ਲਤਾ ਨਾਲ ਪਲੋਟ ਦੇਖਣ ਤੁਰ ਜਾਂਦੀ। ਸ਼ਾਮ ਨੂੰ ਉਹ ਡਰਾਈਵਿੰਗ ਸਿੱਖਣ ਜਾਣ ਲੱਗੀ ਸੀ। ਉਸ ਦੀ ਲਾਈਫ ਬਹੁਤ ਨੱਠ ਭੱਜ ਵਾਲੀ ਸੀ। ਵੈਸੇ ਉਸ ਨੂੰ ਲੱਗਦਾ ਸੀ ਕਿ ਉਸ ਦੀ ਲਾਈਫ ਹਮੇਸ਼ਾ ਹੀ ਨੱਠ ਭੱਜ ਵਾਲੀ ਹੀ ਤਾਂ ਰਹੀ ਹੈ, ਕਿਉਂਕਿ ਉਸ ਨੂੰ ਨਾ ਹੀ ਮਨਰਾਜ ਅਤੇ ਨਾ ਹੀ ਅਨੁਜ ਨੇ ਕਦੇ ਕੋਈ ਸਿਕਿਉਰਿਟੀ ਦੀ ਭਾਵਨਾ ਨਾਲ ਨਿਵਾਜਿਆ ਸੀ ਅਤੇ ਉਸ ਨੂੰ ਪਤਾ ਹੀ ਨਹੀਂ ਸੀ ਕਿ ਇੱਕ ਪਤੀ ਦੀ ਫੀਲਿੰਗ ਕਿੱਦਾਂ ਦੀ ਹੁੰਦੀ ਹੈ। ਅਨੁਜ ਕਦੇ ਕਦੇ ਅਰਪਿਤ ਨੂੰ ਜ਼ਬਰਦਸਤੀ ਪਿੰਡ ਲੈ ਜਾਂਦਾ, ਪਰ ਸੁਮਨ ਉਸ ਨਾਲ ਹੁਣ ਨਾਰਾਜ਼ ਹੀ ਰਹਿੰਦੀ ਸੀ। ਸੁਮਨ ਤਾਂ ਉਸ ਨੂੰ ਹੁਣ ਉਸ ਦੇ ਕੋਲ ਘਰ ਵੀ ਆਉਣ ਨਹੀਂ ਦਿੰਦੀ ਸੀ, ਪਰ ਉਹ ਜ਼ਬਰਦਸਤੀ ਆ ਜਾਂਦਾ ਅਤੇ ਅਰਪਿਤ 'ਤੇ ਆਪਣਾ ਹੱਕ ਜਤਾਉਂਦਾ ਸੀ। ਸੁਮਨ ਦੀ ਉਸ ਗੱਲ ਨਾਲ ਬਹਿਸ ਹੁੰਦੀ, ਪਰ ਉਹ ਜ਼ਬਰਦਸਤੀ ਅਰਪਿਤ ਨੂੰ 10 ਕੁ ਦਿਨ ਬਾਅਦ ਘਰ ਲੈ ਜਾਂਦਾ, ਇਹ ਕਹਿ ਕੇ ਕਿ ਉਸ ਦਾ ਪਿਤਾ ਵੀ ਹੈ ਉਸ ਦਾ ਅਤੇ ਬਰਾਬਰ ਦਾ ਹੱਕ ਹੈ। ਸੁਮਨ ਹਰ ਵੀਕ ਐਂਡ 'ਤੇ ਆਪਣੇ ਪੇਕੇ ਘਰ ਚਲੀ ਜਾਂਦੀ ਸੀ, ਕਿਉਂਕਿ ਉਸਦੇ ਮੰਮੀ ਡੈਡੀ ਵੀ ਉਸ ਨੂੰ ਚਾਹੁੰਦੇ ਸਨ ਕਿ ਉਹ ਉਹਨਾਂ ਕੋਲ ਆ ਕੇ ਰਹੇ। ਮੰਮੀ ਨੂੰ ਗੋਡਿਆਂ ਦੀ ਪ੍ਰੋਬਲਮ ਕਰਕੇ ਉਹ ਖੁਦ ਨਹੀਂ ਆ ਸਕਦੇ ਸਨ। ਵਨੀਤਾ ਨੇੜੇ ਹੋਣ ਕਾਰਨ ਸੁਮਨ ਕੋਲ ਗੇੜਾ ਲਾਉਂਦੀ ਰਹਿੰਦੀ ਸੀ, ਕਿਉਂਕਿ ਉਸ ਨੂੰ ਇਹ ਫਿਕਰ ਰਹਿੰਦੀ ਸੀ ਕਿ ਕਿਤੇ ਉਹ ਦੁਖੀ ਨਾ ਹੋਵੇ, ਜਾਂ ਕਹਿ ਲਓ ਅਨੁਜ ਤੋਂ ਉਸ ਨੂੰ ਰੱਤੀ ਭਰ ਯਕੀਨ ਨਹੀਂ ਸੀ ਕਿ ਉਹ ਸੁਮਨ ਦਾ ਦਿਲ ਨਹੀਂ ਦੁਖਾ ਕੇ ਗਿਆ ਹੋਵੇਗਾ। ਅਰਪਿਤ ਦਾ ਬਰਥਡੇ ਆਉਣ ਵਾਲਾ ਸੀ ਅਤੇ ਹੁਣ ਸੁਮਨ ਨੂੰ ਫਿਰ ਟੈਂਸ਼ਨ ਪੈ ਗਈ ਸੀ ਕਿ ਅਨੁਜ ਅਰਪਿਤ ਨੂੰ ਪਿੰਡ ਲਿਜਾਉਣ ਦੀ ਜ਼ਿੱਦ ਕਰੇਗਾ ਅਤੇ ਸੁਮਨ ਅਰਪਿਤ ਨੂੰ ਉਸ ਘਰ 'ਚ ਨਹੀਂ ਭੇਜਣਾ ਚਾਹੁੰਦੀ ਸੀ ਜਿੱਥੇ ਉਸ ਨੂੰ ਕਿਸੇ ਨੇ ਕਦੇ ਕਦਰ ਨਹੀਂ ਕੀਤੀ ਸੀ ਅਤੇ ਨਾ ਹੀ ਅਰਪਿਤ ਦੀ। ਇੱਥੋਂ ਤੱਕ ਕਿ ਅਨੁਜ ਨੇ ਨਾ ਤਾਂ ਅਰਪਿਤ ਦੀ ਝੂਠੀ ਸਹੁੰ ਵੀ ਖਾਧੀ ਸੀ ਕਿ ਉਹ ਉਸ ਦਿਨ ਦੀਪੂ ਅਤੇ ਪਾਲੀ ਨਾਲ ਨਹੀਂ ਸੀ ਜਿਸ ਦਿਨ ਉਹ ਹਾਦਸਾ ਵਾਪਰਿਆ ਸੀ, ਜਦਕਿ ਅਰਪਿਤ ਨੂੰ ਇਹ ਸਭ ਕੁਝ ਪਤਾ ਸੀ, ਕਿਉਂਕਿ ਉਸ ਦਿਨ ਅਰਪਿਤ ਨੂੰ ਉਹ ਉੱਥੋਂ ਡਰਿੰਕ ਕਰਨ ਲੱਗਿਆਂ ਨਾਲ ਹੀ ਲੈ ਕੇ ਗਿਆ ਹੋਇਆ ਸੀ। ਸੁਮਨ ਨੂੰ ਦੁੱਖ ਹੁੰਦਾ ਕਿ ਉਸ ਦੀ
ਸੱਸ ਜਾਂ ਕੋਈ ਹੋਰ ਘਰ ਦਾ ਅਰਪਿਤ ਨੂੰ ਕਦੇ ਸਕੂਲ ਵੀ ਮਿਲਣ ਨਹੀਂ ਆਏ ਸਨ। ਸੁਮਨ ਨੂੰ ਉਸ ਵੇਲੇ ਹੋਰ ਗੁੱਸਾ ਆਉਂਦਾ ਜਦ ਉਸ ਦੀ ਸੱਸ ਪਿੰਡ 'ਚ ਸ਼ਰੀਕੇ 'ਚ ਰੋ ਰੋ ਕੇ ਅਰਪਿਤ ਨੂੰ ਯਾਦ ਕਰਨ ਦੇ ਪਖੰਡ ਕਰਦੀ ਅਤੇ ਖੁਦ ਨੂੰ ਅਤੇ ਅਨੁਜ ਨੂੰ ਸਹੀ ਦੱਸਦੀ। ਸੁਮਨ ਦਾ ਅਥਾਂ ਦੁੱਖ ਝੱਲਣ ਤੋਂ ਬਾਅਦ ਹੁਣ ਰਵੱਈਆ ਬਦਲਣ ਲੱਗਿਆ ਸੀ। ਡਰੀ ਡਰੀ ਰਹਿਣ ਵਾਲੀ ਸੁਮਨ ਕੋੜੇ ਘੁੱਟ ਪੀਣ ਤੋਂ ਬਾਅਦ ਪਟਾਕ ਪਟਾਕ ਸਭ ਨੂੰ ਖਰੀਆਂ ਖਰੀਆਂ ਸੁਣਾਉਣ ਲਈ ਹੁਣ ਤਿਆਰ ਰਹਿੰਦੀ ਸੀ। ਅਨੁਜ ਨੂੰ ਉਸਨੇ ਕੋਰਾ ਜਵਾਬ ਦੇ ਦਿੱਤਾ ਸੀ ਅਰਪਿਤ ਨੂੰ ਪਿੰਡ ਲਿਜਾਉਣ ਬਾਰੇ। ਅਨੁਜ, ਅਰਪਿਤ ਨੂੰ ਲੈ ਕੇ ਜਾਣਾ ਮੈਂ, ਇੱਥੇ ਮਨਾਉਣਾ ਅਸੀਂ ਬਰਥਡੇ। ਸੁਮਨ ਤਲੱਖੀ 'ਚ, ਕੋਈ ਲੋੜ ਨਹੀਂ, ਮੈਂ ਕਿਉਂ ਭੇਜਾਂ ਉੱਥੇ ਮੁੰਡੇ ਨੂੰ, ਹੁਣ ਪਿੰਡ ਦਾ ਤਾਂ ਮੈਂ ਮੂੰਹ ਵੀ ਨਹੀਂ ਦਿਖਾਉਣਾ ਇਹਨੂੰ, ਕਿੰਨਾ ਕੁ ਕਰਦੇ ਸੀ ਮੇਰੇ ਮੁੰਡੇ ਦਾ ਪਤਾ ਹੀ ਆ ਮੈਨੂੰ। ਅਨੁਜ ਗੁੱਸੇ 'ਚ, ਕੀ ਗੱਲ, ਮੁੰਡਾ ਤੇਰਾ ਇਕੱਲੀ ਦਾ, ਅਸੀਂ ਵੀ ਲੱਗਦੇ ਹਾਂ ਉਹਦੇ ਕੁਝ, ਮੈਂ ਮੁੰਡਾ ਲਿਜਾਉਣਾ ਹੈ, ਰੋਕ ਕੇ ਦਿਖਾਵੇ ਕਿਹੜਾ ਰੋਕਦਾ ਸਾਲਾ। ਸੁਮਨ, ਮੈਂ ਮੁੰਡਾ ਤਾਂ ਹੁਣ ਕਦੇ ਵੀ ਨਹੀਂ ਲਿਜਾਣ ਦੇਣਾ ਪਿੰਡ ਨੂੰ ਕਦੇ, ਸਮਝ ਲੱਗੀ, ਅਸੀਂ ਮਨਾਉਣਾ ਬਰਥਡੇ ਇੱਥੇ, ਜੇ ਆਉਣਾ ਤਾਂ ਆ ਜਾਈ, ਉਹ ਵੀ ਤਾਂ ਆਉਣਾ ਜੇ ਸਭ ਨੂੰ ਬੁਲਾਉਣਾ, ਨਹੀਂ ਤਾਂ ਇੱਥੇ ਰਹਿ ਜਿੱਥੇ ਹੈਗਾ, ਤੈਨੂੰ ਵੀ ਆਉਣ ਦੀ ਕੋਈ ਲੋੜ ਨਹੀਂ। ਸੁਮਨ ਨੇ ਗੁੱਸੇ 'ਚ ਜਵਾਬ ਦਿੱਤਾ। ਇਸ ਵਾਰ ਅਰਪਿਤ ਦੀ ਇੱਛਾ ਅਨੁਸਾਰ ਉਸਦਾ ਬਰਥਡੇ ਬਾਹਰ ਰੈਸਟੋਰੈਂਟ 'ਚ ਮਨਾਉਣ ਦੀ ਗੱਲ ਹੋਈ ਸੀ, ਇਸ ਲਈ ਸੁਮਨ ਉਸਦਾ ਬਰਥਡੇ ਖਰਾਬ ਨਹੀਂ ਸੀ ਕਰਨਾ ਚਾਹੁੰਦੀ। ਜਦਕਿ ਸੁਮਨ ਦੇ ਡੈਡੀ ਨੇ ਹੀ ਸੁਮਨ ਨੂੰ ਕਿਹਾ ਸੀ ਕਿ ਜੇ ਬਰਥਡੇ 'ਤੇ ਬੁਲਾਉਣਾ ਅਨੁਜ ਨੂੰ ਤਾਂ ਬੁਲਾ ਲਵੇ, ਪਰ ਸੁਮਨ ਨੂੰ ਇਹ ਸੀ ਕਿ ਜਦ ਉਸਨੇ ਕਿਸੇ ਨੂੰ ਸਿੱਧੇ ਮੂੰਹ ਬੁਲਾਉਣਾ ਹੀ ਨਹੀਂ ਤਾਂ ਉਹ ਕਿਉਂ ਬੁਲਾਵੇ ਉਸ ਨੂੰ। ਪਰ ਡੈਡੀ ਨੂੰ ਉਸਨੇ ਕੁਝ ਸ਼ੋਅ ਨਹੀਂ ਕੀਤਾ ਕਿ ਉਹ ਕੀ ਸੋਚਦੀ ਹੈ, ਅਤੇ ਉਹ ਦਿਨ ਨੋਰਮਲੀ ਲੰਘ ਜਾਵੇ, ਇਸ ਲਈ ਸੁਮਨ ਨੇ ਉਸ ਨੂੰ ਜਨਮ ਦਿਨ 'ਤੇ ਖੁਦ ਬੁਲਾਉਣਾ ਹੀ ਠੀਕ ਨਹੀਂ ਸਮਝਿਆ ਤਾਂ ਕਿ ਬਾਅਦ 'ਚ ਉਹ ਕੋਈ ਬਖੇੜਾ ਨਾ ਖੜਾ ਕਰ ਲਵੇ। ਅਰਬਿਤ ਦਾ ਬਰਥਡੇ ਇਸ ਵਾਰ ਕੁਝ ਸਪੈਸ਼ਲ ਮਨਾਉਣ ਤੈਅ ਸੀ, ਐਨ ਫੂਡ ਰੈਸਟੋਰੈਂਟ ਵਿੱਚ ਮਨਾਇਆ ਗਿਆ। ਸੁਮਨ ਦਾ ਪਰਿਵਾਰ ਵੱਡਾ ਹੋਣ ਕਾਰਨ ਘਰਦਿਆਂ ਨਾਲ ਹੀ ਉੱਥੇ ਬਹੁਤ ਰੌਣਕ ਸੀ। ਪ੍ਰੋਗਰਾਮ ਵੱਡੇ ਪੱਧਰ 'ਤੇ ਨਹੀਂ ਸੀ, ਬਸ ਘਰ ਦੇ ਮੈਂਬਰ ਅਤੇ ਲਤਾ ਹੁਣਾਂ ਨੂੰ ਸੱਦਿਆ ਗਿਆ ਸੀ। ਸਾਰੇ ਘਰ ਦੇ ਆ ਚੁੱਕੇ ਸਨ ਅਤੇ ਲਤਾ ਅਤੇ ਉਸਦੇ ਹਸਬੈਂਡ ਵੀ। ਅਨੁਜ ਵੀ ਥੋੜ੍ਹੀ ਦੇਰ 'ਚ ਉੱਥੇ ਪਹੁੰਚ ਗਿਆ ਸੀ ਅਤੇ ਉਸਨੇ ਸਭ ਨੂੰ ਨੋਰਮਲੀ ਬੁਲਾ ਲਿਆ ਸੀ। ਕੁੱਲ ਮਿਲਾ ਕੇ ਜਨਮ ਦਿਨ ਵਧੀਆ ਰਿਹਾ ਸੀ ਅਤੇ ਸੁਮਨ ਨੂੰ ਤਸੱਲੀ ਸੀ ਕਿ ਸੁੱਖ ਸਥੀਲੀ ਨਾਲ ਇਹ ਦਿਨ ਬਿਨਾਂ ਕਿਸੇ ਟੈਨਸ਼ਨ ਤੋਂ ਨਿਕਲ ਗਿਆ ਸੀ। ਸੁਮਨ ਨੂੰ ਇਸ ਗੱਲ ਦੀ ਖੁਸ਼ੀ ਸੀ ਕਿ ਅਨੁਜ ਦੇ ਅੱਧੇ ਤੋਂ ਜ਼ਿਆਦਾ ਰਿਸ਼ਤੇਦਾਰ ਉਸਦੀ ਸਾਈਡ 'ਤੇ ਸਨ। ਅਨੁਜ ਦੇ ਨਾਨਕੇ ਵੀ ਸੁਮਨ ਦੀ ਸੋਚ ਨੂੰ ਤਹਿਜੀਹ ਦਿੰਦੇ ਸਨ ਅਤੇ ਹੋਰ ਮਾਸੀ ਮਾਸੜ ਅਤੇ ਦਿੱਲੀ ਵਾਲੀ ਭੂਆ ਅਤੇ ਉਸਦਾ ਪਰਿਵਾਰ ਵੀ ਸੁਮਨ ਨੂੰ ਫੋਨ ਕਰ ਲੈਂਦੇ ਸਨ ਅਤੇ ਸੁਮਨ ਨੂੰ ਇਹ ਕਹਿੰਦੇ ਸਨ ਕਿ ਅਨੁਜ ਨੂੰ ਉਸਦੀ ਹਾਲਤ ਨੂੰ ਸਮਝਣਾ ਚਾਹੀਦਾ ਹੈ। ਪਰ ਸੁਮਨ ਨੂੰ ਇਸ ਗੱਲ ਦਾ ਦੁੱਖ ਅਤੇ ਹੈਰਾਨੀ ਸੀ ਕਿ ਉਸਦੇ ਇਹ ਰਿਸ਼ਤੇਦਾਰ ਜੋ ਸੁਮਨ ਨੂੰ ਚੰਗਾ ਕਹਿੰਦੇ ਸਨ ਦੇ ਵੀ ਹੱਥ ਖੜ੍ਹੇ ਸਨ ਅਨੁਜ ਨੂੰ ਅਤੇ ਉਸਦੇ ਘਰਦਿਆਂ ਨੂੰ ਸਮਝਾਉਣ ਲਈ, ਕਿਉਂਕਿ ਸਾਰੇ ਅਨੁਜ ਦੀ ਮੰਮੀ ਅਤੇ ਉਸਦੀ ਬੋਲਬਾਣੀ ਤੋਂ ਬਹੁਤ ਡਰਦੇ ਸਨ ਕਿਉਂਕਿ ਉਹ ਬੋਲਣ ਲੱਗੀ ਦੇਖਦੀ ਨਹੀਂ ਸੀ ਕਿਸੇ ਨੂੰ। ਸੁਮਨ ਨੂੰ ਪਰ ਇਸ ਗੱਲ ਦੀ ਕੋਈ ਗਿਲਾ ਨਹੀਂ ਸੀ ਉਸਦੇ ਰਿਸ਼ਤੇਦਾਰਾਂ ਨਾਲ ਕਿ ਉਹ ਅਨੁਜ ਨੂੰ ਜਾਂ ਉਸਦੇ ਘਰਦਿਆਂ ਨੂੰ ਕਿਉਂ ਨਹੀਂ ਸਮਝਾਉਂਦੇ, ਕਿਉਂਕਿ ਸੁਮਨ ਸਮਝਦੀ ਸੀ ਕਿ ਅੱਜ ਕੱਲ੍ਹ ਕੋਈ ਵੀ ਕਿਸੇ ਦੀ ਗੱਲ 'ਚ ਟੰਗ ਨਹੀਂ ਅੜਾਉਣਾ ਚਾਹੁੰਦਾ। ਪਰ ਸੁਮਨ ਦੇ ਘਰਦਿਆਂ ਨੂੰ ਸੁਰਜੀਤ ਮੈਡਮ 'ਤੇ ਗੁੱਸਾ ਸੀ ਕਿ ਉਹ ਵੀ ਇੱਕ ਵਾਰ ਵੀ ਸੁਮਨ ਨੂੰ ਮਿਲਣ ਨਹੀਂ ਆਈ ਸੀ, ਨਾ ਹੀ ਕੋਈ ਫੋਨ ਕੀਤਾ ਸੀ।
ਇੱਕ ਦਿਨ ਸੁਮਨ ਨੂੰ ਉਸਦਾ ਫੋਨ ਆਇਆ ਤਾਂ ਉਸਨੇ ਆਪਣਾ ਰੋਸ਼ ਜਿਤਾਇਆ ਤਾਂ ਉਹ ਆਪਣੇ ਰੋਣੇ ਰੋਣ ਲੱਗੀ ਕਿ ਉਸ ਨੂੰ ਕੀ ਪਤਾ ਸੀ ਕਿ ਇਹ ਪਰਿਵਾਰ ਇੱਦਾਂ ਦਾ ਹੈ। ਖੈਰ ਸੁਮਨ ਵੈਸੇ ਹੀ ਬਹੁਤ ਹਤਾਸ਼ ਹੋ ਚੁੱਕੀ ਸੀ, ਉਸਨੇ ਕਿਸੇ ਨੂੰ ਵੀ ਕੋਈ ਦੋਸ਼ ਦੇਣਾ ਜ਼ਰੂਰੀ ਨਹੀਂ ਸਮਝਿਆ, ਪਰ ਉਸਦੇ ਇਹ ਖਾਨੇ ਜ਼ਰੂਰ ਪਾ ਦਿੱਤਾ ਕਿ ਉਹਨੇ ਵੀ ਉਸਦਾ ਦਿਲ ਦੁਖਾਇਆ ਹੈ। ਸੁਮਨ ਤੁਸੀਂ ਕਿਹੜਾ ਮੇਰੇ ਕੋਲ ਆਏ ਹਾਂ, ਮੈਂ ਤੁਹਾਨੂੰ ਆਪਣੀ ਫਰੈਂਡ ਸਮਝਿਆ ਸੀ, ਮੇਰਾ ਤੁਹਾਡੇ ਨਾਲ ਅਲੱਗ ਰਿਸ਼ਤਾ ਸੀ, ਤੁਸੀਂ ਵੀ ਨਹੀਂ ਆਏ ਮੇਰੇ ਕੋਲ, ਨਾ ਪੁੱਛਿਆ ਮੈਂ ਕਿੱਦਾਂ ਹੈਗੀ ਕਿੱਦਾਂ ਨਹੀਂ। ਸੁਰਜੀਤ ਮੈਡਮ ਲੈ ਇੱਦਾਂ ਕਿਉਂ ਕਹਿੰਦੀ ਹੈ, ਮੈਂ ਕਿੱਦਾਂ ਆਉਂਦੀ ਤੇਰੇ ਕੋਲ, ਤੈਨੂੰ ਪਤਾ ਹੀ ਹੈ ਇਹਨਾਂ ਦਾ ਅਨੁਜ ਦੇ ਘਰਦਿਆਂ ਦਾ ਇਹ ਕਿੱਦਾਂ ਦੇ ਆ, ਤੈਨੂੰ ਪਤਾ ਮੈਂ ਤਾਂ ਆਪ ਇਕੱਲੀ ਵਿਧਵਾ ਹਾਂ, ਮੈਂ ਕੀ ਲੜਾਈਆਂ 'ਚ ਪੈਂਦੀ ਇਹਨਾਂ ਨਾਲ ਮੈਂ। ਪਰ ਅਨੁਜ ਨੂੰ ਕਹਿੰਦੀ ਰਹਿੰਦੀ ਹਾਂ ਕਿ ਸੁਮਨ ਨੂੰ ਲਿਆ ਜਾ ਕੇ, ਸੁਮਨ ਗੁੱਸੇ 'ਚ, ਉਹਨੂੰ ਤਾਂ ਤੁਸੀਂ ਕਹਿੰਦੇ ਰਹੋ ਇੱਕ ਵਾਰ ਵੀ ਮੇਰੇ ਕੋਲ ਆਏ ਹਾਂ, ਮੈਂ ਕਿਹੜਾ ਤੁਹਾਡੇ ਨਾਲ ਵਿਚੋਲਿਆਂ ਵਾਂਗ ਸੀ, ਡੈਡੀ ਹੁਣਾਂ ਨੂੰ ਪਤਾ ਕਿੰਨਾ ਗੁੱਸਾ ਤੁਹਾਡੇ ਨਾਲ, ਕਹਿੰਦੇ ਸੀ ਕਿੱਦਾਂ ਉਹ ਵੀ ਨਹੀਂ ਆਈ। ਸੁਰਜੀਤ ਮੈਡਮ ਮੈਂ ਦੱਸ ਕਿੱਦਾਂ ਆਉਂਦੀ, ਦਿਲ ਤਾਂ ਬਹੁਤ ਕਰਦਾ ਸੀ ਤੈਨੂੰ ਪਤਾ, ਫਿਰ ਕਈ ਗੱਲਾਂ ਹੋ ਜਾਣੀਆਂ ਸੀ। ਸੁਮਨ ਕੀ ਗੱਲਾਂ ਹੋ ਜਾਣੀਆਂ ਸੀ, ਫੋਨ ਵੀ ਨਹੀਂ ਕੀਤਾ ਤੁਸੀਂ, ਕੀ ਕਹਿ ਦੇਣਾ ਸੀ ਤੁਹਾਨੂੰ ਉਹਨਾਂ ਨੇ। ਚਲੋ ਕੋਈ ਗੱਲ ਨਹੀਂ, ਰਹਿਣ ਦਿਓ, ਅੱਗੇ ਮੇਰਾ ਕਿੰਨੇ ਸਾਥ ਦਿੱਤਾ ਇੱਥੇ, ਓਕੇ ਬਾਏ, ਧਿਆਨ ਰੱਖਣਾ ਆਪਣਾ। ਸੁਮਨ ਨੂੰ ਹੁਣ ਕਿਸੇ ਤੋਂ ਕੋਈ ਉਮੀਦ ਨਹੀਂ ਸੀ ਹੁੰਦੀ, ਜਦ ਵੀ ਕੋਈ ਤਿਉਹਾਰ ਆਉਣ ਵਾਲਾ ਹੁੰਦਾ ਸੁਮਨ ਨੂੰ ਟੈਨਸ਼ਨ ਪੈ ਜਾਂਦੀ ਸੀ, ਖਾਸ ਕਰ ਕਰਵਾ ਚੌਥ, ਹੁਣ ਫਿਰ ਕਰਵਾ ਚੌਥ ਆਉਣ ਵਾਲਾ ਸੀ ਜੋ ਫਿਰ ਪੁਰਾਣੀਆਂ ਯਾਦਾਂ ਤਾਜ਼ੀਆਂ ਕਰ ਉਸਦੇ ਦਿਲ ਨੂੰ ਡੂੰਘੀ ਚੋਟ ਦੇਣ ਵਾਲਾ ਸੀ। ਸੁਮਨ ਨੇ ਲਤਾ ਨੂੰ ਫਿਰ ਇਸ ਵਾਰ ਕਿਹਾ, ਸੁਮਨ ਕੋਲ ਅਨੁਜ ਹੁਣ ਆਉਂਦਾ ਜਾਂਦਾ ਸੀ ਅਤੇ ਉਸ ਨਾਲ ਜ਼ਬਰਦਸਤੀ ਸਰੀਰਕ ਸੰਬੰਧ ਬਣਾਉਣ ਦੀ ਕੋਸ਼ਿਸ਼ ਵੀ ਕਰਦਾ ਸੀ, ਪਰ ਸੁਮਨ ਦਾ ਜਦ ਇਸ ਗੱਲ ਦਾ ਵਿਰੋਧ ਕਰਦੀ ਤਾਂ ਉਹ ਗੁੱਸੇ ਹੋ ਕੇ ਉੱਥੋਂ ਚਲਾ ਜਾਂਦਾ ਸੀ। ਬੱਚੇ ਵਾਲੀ ਘਟਨਾ ਤੋਂ ਬਾਅਦ ਤਾਂ ਉਸਨੇ ਅਨੁਜ ਤੋਂ ਘਿਣ ਆਉਣ ਲੱਗੀ ਸੀ ਅਤੇ ਉਹ ਉਸ ਨੂੰ ਹੁਣ ਖੁਦ ਨੂੰ ਹੱਥ ਵੀ ਲਗਾਉਣ ਨਹੀਂ ਸੀ ਦਿੰਦੀ। ਸੁਮਨ ਨੂੰ ਸਰੀਰਕ ਸੰਬੰਧ ਬਣਾਉਣ ਤੋਂ ਹੀ ਨਫ਼ਰਤ ਹੋ ਚੁੱਕੀ ਸੀ, ਉਸਨੂੰ ਤਾਂ ਹੁਣ ਅਨੁਜ ਦੀ ਘਰ 'ਚੋਂ ਕੁਝ ਸਮੇਂ ਲਈ ਹਾਜ਼ਰੀ ਵੀ ਬਰਦਾਸ਼ਤ ਕਰਨੀ ਔਖੀ ਸੀ, ਪਰ ਉਸਨੂੰ ਕਰਨੀ ਪੈਂਦੀ ਸੀ। ਉੱਧਰ ਸੁਮਨ ਦੀ ਸੱਸ ਨੂੰ ਸੁਮਨ ਦੇ ਬੱਚਾ ਗਿਰਾਉਣ ਦੀ ਸਾਰੀ ਘਟਨਾ ਪਤਾ ਲੱਗ ਗਈ ਸੀ ਅਤੇ ਉਸਨੂੰ ਇਹ ਦੁੱਖ ਹੋਣ ਦੀ ਬਜਾਏ ਕਿ ਉਹ ਕਿਉਂ ਹੋਇਆ, ਉਸਨੂੰ ਇਹ ਲੱਗਾ ਕਿ ਸੁਮਨ ਸ਼ਾਇਦ ਬੱਚਾ ਪਾਉਣ ਦੀ ਖਾਤਰ ਹੀ ਪਿੰਡ ਆ ਜਾਵੇਗੀ। ਸੁਮਨ ਨੂੰ ਆਇਆ ਅਨੁਜ ਦੇ ਤਾਏ ਦੀ ਇੱਕ ਬਹੂ ਬੇਬੀ ਦਾ ਫੋਨ, ਬੇਬੀ ਤੂੰ ਦਵਾਈ ਕਿਉਂ ਖਾਧੀ, ਤੈਨੂੰ ਇਹਨੇ ਅਨੁਜ ਨੇ ਕਿਹਾ ਸੀ ਦਵਾਈ ਖਾਣ ਨੂੰ। ਸੁਮਨ ਗੁੱਸੇ 'ਚ, ਇਹਨੇ ਕਿਹਾ ਨਹੀਂ, ਜਦ ਇਹਨੇ ਕਿਹਾ ਤਾਂ ਮੈਂ ਨਹੀਂ ਆਉਣਾ ਕਦੇ ਵੀ, ਤਾਂ ਦਵਾਈ ਤਾਂ ਖਾਣੀ ਹੀ ਸੀ, ਇਸ ਨੂੰ ਦੱਸ ਕੇ ਖਾਧੀ ਸੀ। ਬੇਬੀ ਚੱਲ ਉਹ ਕਹਿੰਦੇ ਆ ਸਹੁਰੇ, ਬੱਚਾ ਤਾਂ ਤੈਨੂੰ ਫਿਰ ਮਿਲ ਜਾਊ, ਤੂੰ ਪਿੰਡ ਨੂੰ ਆ ਜਾ, ਤੈਨੂੰ ਬੱਚਾ ਵੀ ਮਿਲ ਜਾਊ, ਆ ਕੇ ਆਪਣਾ ਘਰ ਸਾਂਭ। ਸੁਮਨ ਗੁੱਸੇ 'ਚ, ਨਹੀਂ ਮੈਂ ਬੱਚਾ ਇੱਦਾਂ ਨਹੀਂ ਲੈਣਾ, ਕੋਈ ਲੋੜ ਨਹੀਂ ਮੈਨੂੰ, ਮੈਨੂੰ ਜ਼ਮੀਨਾਂ ਨਹੀਂ ਚਾਹੀਦੀਆਂ ਇਹਨਾਂ ਦੀਆਂ, ਇਹ ਸਾਂਭ ਲੈਣ, ਘਰ ਜਿਹੜਾ ਸਾਂਭਣਾ ਮੇਰਾ, ਮੈਂ ਨਹੀਂ ਆਉਣਾ ਉੱਥੇ ਕਦੇ ਹੁਣ। ਸੁਮਨ ਨੂੰ ਆਇਆ ਕੁਝ ਦਿਨ ਬਾਅਦ ਅਨੁਜ ਦੇ ਮਾਸੜ ਦਾ ਫੋਨ, ਜੋ ਸੁਮਨ ਦੀ ਬਹੁਤ ਇੱਜ਼ਤ ਕਰਦੇ ਸਨ ਅਤੇ ਸੁਮਨ ਵੀ ਉਹਨਾਂ ਦੀ। ਸੁਮਨ ਦੀ ਇਹ ਸ਼ਿਫਤ ਸੀ ਕਿ ਉਹ ਜਿਸ ਨਾਲ ਰੋਸਾ ਹੁੰਦਾ ਉਸੇ ਨਾਲ ਰੱਖਦੀ ਸੀ, ਇਹ ਨਹੀਂ ਕਿ ਅਨੁਜ ਦੇ ਰਿਸ਼ਤੇਦਾਰਾਂ ਨਾਲ ਵੀ ਵਿਗਾੜ ਲਵੇ। ਉਸ ਨੂੰ ਜੇ ਕਿਸੇ ਦਾ ਫੋਨ ਆਉਂਦਾ ਤਾਂ
ਉਹ ਸਭ ਨੂੰ ਬਰਾਬਰ ਸਨਮਾਨ ਦਿੰਦੀ ਸੀ। ਉਸ ਨੂੰ ਇਹ ਸੀ ਕਿ ਉਹਨਾਂ ਦੇ ਘਰ ਦੀ ਲੜਾਈ 'ਚ ਕਿਸੇ ਦਾ ਕੀ ਦੋਸ਼। ਸੁਮਨ ਹੁਣ ਗੱਡੀ ਚਲਾਉਣ ਲੱਗੀ ਸੀ ਅਤੇ ਉਸ ਨੇ ਇੱਕ ਸੈਕਿੰਡ ਹੈਂਡ ਗੱਡੀ ਮਰੂਤੀ ਲੈ ਲਈ ਸੀ 28,000 ਦੀ। ਮਾਸੜ ਜੀ, ਹੈਲੋ ਸੁਮਨ ਪੁੱਤ, ਕਿੱਦਾਂ ਹਾਲ? ਵਧੀਆ, ਮੁੰਡੇ ਦੇ ਜਨਮਦਿਨ ਦੀਆਂ ਵਧਾਈਆਂ। ਸੁਮਨ, ਨਮਸਤੇ ਮਾਸੜ ਜੀ, ਤੁਹਾਨੂੰ ਵੀ ਕਿੱਥੋਂ ਪਤਾ ਲੱਗਿਆ ਜਨਮਦਿਨ ਦਾ? ਮਾਸੜ ਜੀ, ਪਤਾ ਪਿੰਡ ਤੋਂ ਹੀ ਲੱਗਣਾ ਸੀ, ਹੋਰ ਕਿੱਥੋਂ ਲੱਗਣਾ ਸੀ, ਫੋਨ ਕੀਤਾ ਸੀ ਮੈਂ, ਕਹਿੰਦੇ ਗਿਆ ਹੈ ਅਨੁਜ ਜਨਮਦਿਨ 'ਤੇ। ਸੁਮਨ, ਅੱਛਾ ਮਾਸੜ ਜੀ ਮਜ਼ਾਕ 'ਚ। ਸੁਮਨ, ਅਸੀਂ ਤਾਂ ਤੈਨੂੰ ਰੀਅਲ ਬੇਟਾ ਸਮਝਦੇ ਹਾਂ ਆਪਣਾ, ਪਰ ਤੈਨੂੰ ਇਸ ਗੱਲ 'ਤੇ ਯਕੀਨ ਨਹੀਂ। ਸੁਮਨ ਹੈਰਾਨੀ ਨਾਲ, ਕਿਉਂ, ਇੱਦਾਂ ਕਿਉਂ ਕਹਿੰਦੇ, ਮੈਨੂੰ ਕਿਉਂ ਨਹੀਂ ਯਕੀਨ? ਮਾਸੜ ਜੀ ਮਜ਼ਾਕ 'ਚ, ਫਿਰ ਤੂੰ ਮੈਨੂੰ ਬੁਲਾਇਆ ਨਹੀਂ ਬਰਥਡੇ 'ਤੇ? ਸੁਮਨ ਹੱਸਦੇ ਹੋਏ, ਨਹੀਂ ਨਹੀਂ, ਉਹ ਤਾਂ ਬਸ ਘਰਦਿਆਂ ਨਾਲ ਹੀ ਕੀਤਾ ਸੀ, ਵੈਸੇ ਕੋਈ ਵੱਡਾ ਫੰਕਸ਼ਨ ਨਹੀਂ ਸੀ, ਬਸ ਅਰਪਿਤ ਕਰਕੇ ਰੈਸਟੋਰੈਂਟ 'ਚ ਮਨਾ ਲਿਆ। ਇਸ ਵਾਰ ਉਹ ਕਹਿੰਦਾ ਸੀ ਮੇਰਾ ਵੀ ਬਾਹਰ ਮਨਾਓ। ਮਾਸੜ ਜੀ ਹੱਸਦੇ ਹੋਏ, ਲੈ ਫਿਰ ਮੈਂ ਕਿੰਨਾ ਕੁ ਜਗ੍ਹਾ ਘੇਰਨੀ ਸੀ, ਮੈਂ ਵੀ ਉੱਥੇ ਬਹਿ ਜਾਣਾ ਸੀ ਵਿੱਚ ਕਿਤੇ ਉੱਥੇ, ਇੰਨਾ ਕੁ ਬੰਦਾ ਮੈਂ। ਸੁਮਨ, ਜੇ ਆ ਜਾਂਦੇ ਤਾਂ ਛੱਡਣਾ ਸੀ ਤੁਹਾਨੂੰ ਉਹਨਾਂ ਨੇ, ਸਹੁਰਿਆਂ ਨੇ, ਪਤਾ ਹੀ ਆ। ਮਾਸੜ ਜੀ, ਲੈ ਉਹਨਾਂ ਨੇ ਕੀ ਕਹਿਣਾ ਸੀ ਮੈਨੂੰ, ਤੂੰ ਕੋਈ ਡਾਕੂ ਹੈ? ਕੁੜੀ ਹੈ ਸਾਡੀ ਸੁਮਨ ਤਲੱਖੀ 'ਚ, ਹੋਰ ਇਹਨਾਂ ਨੇ ਤਾਂ ਬਣਾਇਆ ਹੀ ਆ ਦੁਸ਼ਮਣ ਮੈਨੂੰ, ਇਹਨਾਂ ਨੇ ਤਾਂ ਬਣਾਇਆ। ਆਪਣੇ ਰਿਸ਼ਤੇਦਾਰਾਂ ਨੂੰ ਵੀ ਸੁਣਾ ਦਿੰਦੇ ਆ ਕਿ ਮੈਨੂੰ ਪਤਾ ਕਿਹੜਾ ਉਹਨੂੰ ਫੋਨ ਕਰਦਾ ਕਿਹੜਾ ਨਹੀਂ। ਮਾਸੜ ਜੀ, ਦੇਖੋ ਜੀ, ਮੈਨੂੰ ਤਾਂ ਕੁਝ ਨਹੀਂ ਕਿਹਾ, ਮੈਂ ਆਪੇ ਪੁੱਛਿਆ ਸੀ ਅਰਪਿਤ ਦਾ ਜਨਮਦਿਨ ਆ, ਕਹਿੰਦੇ ਅਨੁਜ ਗਿਆ ਹੈ ਉੱਥੋਂ ਨੂੰ। ਸੁਮਨ ਤਲੱਖੀ 'ਚ, ਆਹੋ ਕਹਿੰਦਾ ਸੀ ਮੁੰਡੇ ਨੂੰ ਪਿੰਡ ਲੈ ਕੇ ਜਾਣਾ, ਮੈਂ ਉੱਥੇ ਮਨਾਉਣਾ ਜਨਮਦਿਨ, ਮੁੰਡਾ ਤਾਂ ਪਿੰਡ ਹੁਣ ਮੈਂ ਤੋਰਨਾ ਹੀ ਨਹੀਂ। ਜਿਸ ਮੁੰਡੇ ਨੂੰ ਹੁਣ ਵੀ ਕਹੀ ਜਾਂਦਾ ਕਿ ਮੁੰਡਾ ਝੂਠ ਬੋਲਦਾ, ਉਦਣ ਇਹ ਉਹਨਾਂ ਮੁੰਡਿਆਂ ਨਾਲ ਨਹੀਂ ਸੀ। ਮੈਂ ਕਿਉਂ ਉਸ ਮੁੰਡੇ ਅਰਪਿਤ ਦੀ ਸ਼ਕਲ ਦਿਖਾਵਾਂ ਇਹਨਾਂ ਨੂੰ, ਆਪਣੇ ਮੁੰਡੇ ਦੀ ਝੂਠੀ ਸੌਂਹ ਖਾਧੀ ਇਹਨੇ। ਮਾਸੜ ਜੀ, ਚੱਲ ਪੁੱਤ, ਤੂੰ ਕਿਉਂ ਆਪਣੀ ਲਾਈਫ ਖਰਾਬ ਕਰਦੀ ਹੈ ਇਹਨਾਂ ਗੱਲਾਂ ਪਿੱਛੇ, ਤੁਸੀਂ ਟਾਈਮ ਨੂੰ ਪਿੱਛੇ ਕਰ ਰਹੇ ਹੋ, ਯੂ ਆਰ ਮਿਸਿੰਗ ਦਾ ਲਾਈਫ। ਸੁਮਨ ਤਲੱਖੀ 'ਚ, ਮੈਂ ਕੁਝ ਮਿਸ ਨਹੀਂ ਕੀਤਾ ਹੈਗਾ, ਮਿਸ ਕਰਵਾਈ ਆ ਇਹਨੇ ਅਨੁਜ ਨੇ, ਇਹਨੇ ਮੈਨੂੰ ਸਾਰੇ ਮੂਵਮੈਂਟ ਮਿਸ ਕਰਵਾਏ ਆ, ਇਸ ਬੰਦੇ ਨੇ ਕੀਤਾ ਮੇਰੀ ਜ਼ਿੰਦਗੀ ਖਰਾਬ। ਸਾਰੇ ਕਹਿੰਦੇ ਉੱਥੇ ਪਿੰਡ ਚੱਲ, ਪਿੰਡ ਜਾ ਕੇ ਜੇ ਕੋਈ ਹੱਲ ਥੋੜ੍ਹੀ ਨਾ ਹੋ ਜਾਣਾ, ਪਿੰਡ ਜਾ ਕੇ ਮੈਂ ਆਪਣੇ ਕੰਧਾਂ 'ਚ ਸਿਰ ਨਹੀਂ ਮਾਰਨੇ, ਇਸ ਰਿਸ਼ਤੇ ਨੂੰ ਬਚਾਉਣ ਲਈ ਮੈਂ ਇੰਨਾ ਕੁਝ ਖੋ ਚੁੱਕੀ ਹਾਂ ਨਾ, ਜੋ ਤੁਹਾਨੂੰ ਪਤਾ ਹੀ ਨਹੀਂ। ਮੈਂ ਇਹਨੂੰ ਕਿਹਾ ਕਿ ਤਲਾਕ ਹੋ ਜਾਣਾ ਹੈ ਜੇ ਤੂੰ ਨਾ ਆਇਆ, ਮੈਨੂੰ ਬੱਚੇ ਦਾ ਪੰਗਾ ਪਾਉਣਾ ਪੈਣਾ ਇਹ ਤਲਾਕ ਰੋਕਣ ਲਈ, ਮੈਂ ਪ੍ਰੈਗਨੈਂਟ ਵੀ ਹੋ ਗਈ ਪਰ ਇਹ ਮੁੱਕਰ ਗਿਆ ਮੇਰੇ ਨਾਲ ਰਹਿਣ ਤੋਂ, ਕਹਿੰਦਾ ਮੇਰਾ ਬਾਹਰ ਦਾ ਕੰਮ ਬਣਦਾ, ਮੈਂ ਨਹੀਂ ਰਹਿਣਾ। ਮੈਂ ਕਿਹਾ ਤੂੰ ਆ ਜਾ ਇੱਥੇ, ਤੂੰ ਮੁੰਡੇ ਨੂੰ ਸਕੂਲ ਛੱਡਣ ਜਾਊਂਗਾ, ਉਹਨੂੰ ਲੈਣ ਜਾਊਂਗਾ। ਕਹਿੰਦਾ ਮੈਂ ਮੁੰਡੇ ਦੀ ਕੋਈ ਜ਼ਿੰਮੇਵਾਰੀ ਨਹੀਂ ਚੁੱਕਣੀ, ਮੈਂ ਬਸ ਰਾਤ ਨੂੰ ਗੇੜਾ ਮਾਰੂੰਗਾ, ਇੰਨਾ ਬੇਸ਼ਰਮ ਹੈ ਇਹ ਮਾੜਾ। ਮਾਸੜ ਜੀ ਦੁਖੀ ਹੁੰਦਿਆਂ, ਕਮਾਲ ਹੈ ਹੋ ਗਈ ਇਸ ਬੰਦੇ ਦੀ ਵੀ, ਰੱਬ ਨੇ ਇੰਨਾ ਸੋਹਣਾ ਜੀ ਦਿੱਤਾ ਤੁਹਾਨੂੰ, ਲੋਕ ਤਰਸਦੇ ਆ। ਸੁਮਨ ਤਲੱਖੀ 'ਚ, ਮੈਂ ਤਾਂ ਇਹਨੂੰ ਕਿਹਾ ਸੀ ਕਿ ਮੈਂ ਥੂ ਥੂ ਨਹੀਂ ਕਰਾਉਣੀ ਇੱਥੇ ਬੱਚਾ ਕਰਕੇ ਮੁਹੱਲੇ 'ਚ, ਮੈਂ ਫਿਰ ਦਵਾਈ ਖਾ ਲਈ, ਮੈਂ ਬੱਚਾ ਗਿਰਾਇਆ ਆਪਣਾ ਇਸ ਬੰਦੇ ਖਾਤਰ, ਮੈਂ ਬੱਚਾ ਗਵਾਇਆ ਆਪਣਾ, ਕਿਸੇ ਨੂੰ ਕੀ ਪਤਾ ਮੈਂ ਕੀ ਚੱਲਿਆ ਏ। ਇਹਨਾਂ ਨੂੰ ਦੀਂਦਾ ਗੱਡੀਆਂ 'ਚ ਘੁੰਮਦੀ, ਬਸ ਗੱਡੀ ਤਾਂ ਮੈਨੂੰ ਸਿੱਖਣੀ ਪੈਣੀ ਸੀ, ਇਹਨਾਂ ਨੂੰ ਕੀ ਪਤਾ ਮੈਨੂੰ ਕੀ ਪ੍ਰੋਬਲਮ ਆ। ਇਹਨਾਂ ਨੂੰ ਤਾਂ ਇਹ ਹੀ ਨਹੀਂ ਪਤਾ ਕਿ ਮੁੰਡੇ ਨੂੰ ਖੜ੍ਹੇ ਪੈਰ ਹਸਪਤਾਲ ਲਿਜਾਣਾ ਪੈਂਦਾ,
ਮਾਸੜ ਜੀ ਟੈਂਸ਼ਨ 'ਚ, ਫਿਰ ਤੁਸੀਂ ਉੱਥੇ ਨਹੀਂ ਰਹਿਣਾ ਤਾਂ ਕੋਠੀ 'ਚ ਚਲ ਜਾਓ, ਮੈਨੂੰ ਹੁਣਾਂ ਨੂੰ ਇੱਧਰ ਪੁਰਾਣੇ ਘਰ ਭੇਜ ਦਿਓ। ਸੁਮਨ ਤਲੱਖੀ 'ਚ, ਕੋਠੀ ਤਾਂ ਡੈਡੀ ਨੇ ਪਹਿਲਾਂ ਹੀ ਮੈਨੂੰ ਹੁਣਾਂ ਦੇ ਨਾਮ ਕੀਤੀ ਹੈ, ਉਹ ਤਾਂ ਉਦੋਂ ਦੀ ਹੀ ਕਹਿੰਦੇ ਸੀ ਕਿ ਸੁਮਨ ਅਤੇ ਅਨੁਜ ਆਪਣੇ ਪੁਰਾਣੇ ਘਰ ਰਹਿਣਗੇ, ਕੋਠੀ ਮੈਨੂੰ ਹੁਣਾਂ ਦੀ ਹੈ। ਨਾਲੇ ਮਾਸੜ ਜੀ, ਮੇਰਾ ਤਾਂ ਕਿਸੇ ਨਾਲ ਕੋਈ ਰੌਲਾ ਹੀ ਨਹੀਂ, ਜਦ ਮੇਰਾ ਬੰਦਾ ਹੀ ਨਹੀਂ ਮੇਰੇ ਨਾਲ ਸੈੱਟ, ਮੈਂ ਕਿਸੇ ਹੋਰ ਨੂੰ ਕੀ ਕਹਿਣਾ, ਜਦ ਇਹਨੂੰ ਨਹੀਂ ਪਤਾ ਜਨਾਨੀ ਕੀ ਹੁੰਦੀ, ਬੱਚਾ ਕੀ ਹੁੰਦਾ, ਇਹਨੂੰ ਨਹੀਂ ਪਤਾ ਤਾਂ ਮੈਂ ਕੋਠੀਆਂ ਲੈ ਕੇ ਕੀ ਕਰਨਾ। ਅੱਜ ਤੱਕ ਇਸ ਬੰਦੇ ਨੇ ਆਪਣੇ ਬੱਚੇ ਨੂੰ ਇੱਕ ਗਲਾਸ ਦੁੱਧ ਦਾ ਬਣਾ ਕੇ ਨਹੀਂ ਪਿਲਾਇਆ, ਇਹਨੇ ਹੋਰ ਕੀ ਕਰ ਲੈਣਾ ਉਹਦੇ ਲਈ। ਇਸ ਬੰਦੇ ਨੇ ਇੰਨੀ ਬੇਸ਼ਰਮੀ ਨਾਲ ਮੈਨੂੰ ਇਹ ਕਿਹਾ ਕਿ ਉਹਨਾਂ ਮੁੰਡਿਆਂ ਨੇ ਮੈਨੂੰ ਖਾਣ ਪੀਣ ਨਹੀਂ ਲਾਇਆ, ਕਹਿੰਦਾ ਮੈਂ ਲਾਇਆ ਉਹਨਾਂ ਨੂੰ ਖਾਣ ਪੀਣ ਉਹਨਾਂ ਨੂੰ ਬਚਾਉਣ ਦੀ ਖਾਤਰ। ਜਿਹੜਾ ਆਪਣੇ ਮੁੰਡੇ ਦੀ ਝੂਠੀ ਸਹੁੰ ਖਾ ਸਕਦਾ ਉਹ ਕੁਝ ਵੀ ਕਰ ਸਕਦਾ, ਉਹਨੂੰ ਕੋਈ ਮਤਲਬ ਨਹੀਂ, ਉਹਦੀ ਜਨਾਨੀ ਕਿੱਥੇ ਮਰਜ਼ੀ ਧੱਕੇ ਖਾਵੇ। ਮੈਂ ਪਿਆਰ ਬਹੁਤ ਹੱਦ ਤੱਕ ਕੀਤਾ ਇਸ ਬੰਦੇ ਨਾਲ, ਤਾਂ ਹੀ ਹੁਣ ਮੇਰੇ ਮੂੰਹ 'ਚੋਂ ਇਹ ਕੁਝ ਨਿਕਲਦਾ। ਮਾਸੜ ਜੀ ਟੈਂਸ਼ਨ 'ਚ, ਚੱਲ ਪੁੱਤ ਹੁਣ ਤੂੰ ਵੀ ਕਰਨਾ ਹੀ ਹੈ, ਇੱਦਾਂ ਨਾ ਕਹਿ। ਸੁਮਨ ਦੁਖੀ ਮਨ ਨਾਲ ਤਲੱਖੀ 'ਚ, ਫਿਰ ਮੈਸੇਜ ਪਤਾ ਨਹੀਂ ਕਿੱਦਾਂ ਆਈ ਲਵ ਯੂ ਦੇ ਭੇਜਣ ਲੱਗ ਜਾਂਦਾ, ਮੈਨੂੰ ਕਿਹੜੇ ਮੂੰਹ ਨਾਲ ਭੇਜਦਾ ਮੈਨੂੰ ਮੈਸੇਜ ਇੱਦਾਂ ਦੇ, ਮੈਂ ਕੀ ਕਰਨੇ ਇਹਦੇ ਮੈਸੇਜ। ਜਦ ਜ਼ਿੰਦਗੀ 'ਚ ਪਿਆਰ ਨਹੀਂ ਛੱਡਿਆ, ਇਹਨੇ ਕੋਈ ਕੰਮ ਨਹੀਂ ਇੱਦਾਂ ਦਾ ਕੀਤਾ, ਮੈਂ ਕੀ ਕਰਨਾ ਇਹਦੇ ਮੈਸੇਜਾਂ ਨੂੰ। ਮੈਨੂੰ ਇਹ ਬੰਦਾ ਇਹ ਵੀ ਕਹਿ ਚੁੱਕਿਆ ਕਿ ਤੂੰ ਮੇਰੇ ਭਰਾ ਦੀ ਮੋਨੂ ਦੀ ਜੁੱਤੀ ਵਰਗੀ ਵੀ ਨਹੀਂ ਹੈਗੀ, ਤਾਂ ਵੀ ਮੈਂ ਇਸ ਬੰਦੇ ਨੂੰ ਬਰਦਾਸ਼ਤ ਕਰਦੀ ਪਈ ਹਾਂ, ਤਾਂ ਵੀ ਇਹਨੂੰ ਕਿਹਾ ਕਿ ਮੈਂ ਇਹ ਰਿਸ਼ਤਾ ਤੋੜਨਾ ਨਹੀਂ ਚਾਹੁੰਦੀ, ਮੈਂ ਤਲਾਕ ਨਹੀਂ ਚਾਹੁੰਦੀ, ਤੂੰ ਆ ਜਾ ਬੱਚਾ ਕਰ ਲੈਂਦੇ ਹਾਂ। ਬੱਚੇ ਦੀ ਵੀ ਇਹਨੇ ਮੇਰੇ ਸਿਰ ਖੇ ਪਾਈ, ਉਹ ਵੀ ਮੈਨੂੰ ਗਵਾਉਣਾ ਪਿਆ। ਨਾ ਨਾ ਮਾਸੜ ਜੀ, ਮੈਂ ਨਹੀਂ ਪਿੰਡ ਆਉਣਾ, ਹੁਣ ਇਹ ਰਹੇ ਉੱਥੇ ਉਹਨਾਂ ਮੁੰਡਿਆਂ ਨਾਲ ਰਹੇ ਘੁੰਮਦਾ, ਭਈਆ ਬਣਾ ਕੇ ਰੱਖਿਆ ਹੈ ਕਰਦਿਆਂ ਨੇ ਇਹਨੂੰ, ਗੁਲਾਮੀ ਕਰਦਾ ਇਹ ਉਹਨਾਂ ਦੀ, ਕਰੀ ਜਾਵੇ ਫਿਰ, ਦੇਖਦੀ ਹਾਂ ਕਦ ਤੱਕ ਦਿੰਦਿਆਂ ਇਹਨੂੰ ਰੋਟੀਆਂ ਫ੍ਰੀ ਦੀਆਂ। ਮਾਸੜ ਜੀ ਟੈਂਸ਼ਨ 'ਚ, ਚੱਲ ਪੁੱਤ ਤੂੰ ਸ਼ਾਂਤ ਹੋ ਜਾ, ਆਪਣਾ ਘਰ ਆਪਣਾ ਹੀ ਹੁੰਦਾ, ਫਿਰ ਵੀ ਮਾਪੇ ਸਦਾ ਬੈਠੇ ਨਹੀਂ ਰਹਿੰਦੇ, ਤੇਰੇ ਮੰਮੀ ਡੈਡੀ ਦਾ ਵੀ ਮਨ ਦੁਖੀ ਹੁੰਦਾ ਹੋਣਾ। ਸੁਮਨ ਟੈਂਸ਼ਨ 'ਚ, ਮੰਮੀ ਡੈਡੀ ਟੈਂਸ਼ਨ 'ਚ ਹੈਗੇ ਆ, ਜੇ ਮੈਂ ਪਿੰਡ ਗਈ ਉਹਨਾਂ ਨੇ ਹੋਰ ਟੈਂਸ਼ਨ 'ਚ ਆ ਜਾਣਾ, ਜਿਹੜਾ ਬੰਦਾ ਇੱਥੇ ਆ ਕੇ ਮੇਰੇ ਨਾਲ ਇਹ ਘਟੀਆ ਕੰਮ ਕਰਕੇ ਚਲਾ ਗਿਆ ਉਹ ਪਿੰਡ ਜਾ ਕੇ ਕੀ ਨਹੀਂ ਮੇਰੇ ਨਾਲ ਕਰੂਗਾ। ਅਖੇ ਨਹੀਂ, ਮੈਂ ਸ਼ਹਿਰ ਨਹੀਂ ਰਹਿ ਸਕਦਾ, ਪੁੱਛਣ ਵਾਲਾ ਹੋਵੇ ਫਿਰ ਤੂੰ ਨਿਆਣਾ ਜੰਮਣ ਨੂੰ ਕਾਹਦੇ ਲਈ ਤੁਰਿਆ ਸੀ, ਜਦ ਤੂੰ ਇਹ ਗੱਲ ਨਹੀਂ ਪੁਗਾ ਸਕਦਾ, ਮੈਂ ਇੱਥੇ ਲੋਕਾਂ ਦੀਆਂ ਗੱਲਾਂ ਸੁਣਨੀਆਂ, ਵੀ ਤੂੰ ਮਹੀਨੇ ਬਾਅਦ ਮੂੰਹ ਚੱਕ ਕੇ ਬਾਹਰ ਨੂੰ ਤੁਰ ਜਾਵੇਂ। ਹਰ ਗੱਲ 'ਚ ਇਸ ਬੰਦੇ ਨੇ ਨਾ ਸਿਰ ਖੇ ਹੀ ਪਾਤੀ, ਮੇਰੇ ਜੀ ਮੇਰਾ ਜਲਿਆ ਪਿਆ। ਮਾਸੜ ਜੀ ਸ਼ਾਂਤ ਕਰਦੇ ਹੋਏ, ਚੱਲ ਪੁੱਤ ਤੁਸੀਂ ਟੈਂਸ਼ਨ ਨਾ ਲਓ, ਮੇਰਾ ਦਿਲ ਕਰਦਾ ਸੀ ਗੱਲ ਕਰਨ ਨੂੰ, ਮੈਂ ਕਿਹਾ ਗੱਲ ਕਰਾਂ। ਸੁਮਨ ਟੋਕਦੇ ਹੋਏ ਤਲੱਖੀ 'ਚ, ਇਹ ਉਹਨਾਂ ਦੀ ਮਾਂ ਨੂੰ ਵੀ ਬੁਲਾਉਣੋਂ ਨਹੀਂ ਹਟਦਾ, ਉਹਨਾਂ ਮੁੰਡਿਆਂ ਨੇ ਮੈਨੂੰ ਬੁਲਾਉਣਾ ਛੱਡਿਆ ਅਤੇ ਨਾ ਉਹਨਾਂ ਦੀ ਮਾਂ ਮੈਨੂੰ ਬੁਲਾਉਂਦੀ ਹੈ, ਅਤੇ ਉੱਥੇ ਜਾ ਉਹਨਾਂ ਦੇ ਘਰ ਰੋਟੀਆਂ ਖਾਂਦਾ, ਦੰਦੀਆਂ ਕੱਢ ਕੱਢ ਗੱਲਾਂ ਕਰਦਾ ਉੱਥੇ, ਉਹ ਅਗਲੀ ਮੇਰੇ ਪਿਓ 'ਤੇ ਇਲਜ਼ਾਮ ਲਾਉਂਦੀ ਹੈ ਆਪਣੇ ਮੁੰਡਿਆਂ ਦੀ ਬਦਨਾਮੀ ਤੋਂ ਬਚਣ ਲਈ, ਅਤੇ ਇਹ ਉੱਥੇ ਉਹਨਾਂ ਨਾਲ ਗੱਲਾਂ ਕਰਦਾ ਫਿਰਦਾ ਹੈ। ਪਹਿਲਾਂ ਸਾਰੇ ਪਿੰਡ 'ਚ ਮੈਨੂੰ ਝੂਠੀ ਪਾਇਆ ਇਹਨਾਂ ਕਰਕੇ, ਹੁਣ ਉਹਨਾਂ ਦੇ ਨਾਲ ਘੁੰਮ ਕੇ ਮੈਨੂੰ ਹੋਰ ਥੱਲੇ ਲਾ ਰਿਹਾ। ਜੇ ਤੁਸੀਂ ਕਹਿੰਦੇ ਆ ਕਿ ਮੈਂ ਉੱਥੇ ਆ ਕੇ ਰਹਾਂ ਜਿੱਥੇ ਮੇਰਾ ਗੁਆਂਢ ਉਹ ਆ, ਅਗਲੇ ਹੱਸ ਹੱਸ ਲੰਘਦੇ ਮੇਰੇ ਮੂਹਰਿਓਂ, ਜਦ ਸਕੂਲ ਨੂੰ ਜਾਂਦੀ ਟੱਕਰ ਜਾਣ ਕਿਤੇ।
ਇਹਨੂੰ ਮੈਂ ਕਿਹਾ ਵੀ ਸੀ ਕਿ ਤੂੰ ਕਿਉਂ ਬੁਲਾਉਂਦਾ ਉਹਨਾਂ ਦੀ ਮਾਂ ਨੂੰ, ਤਾਂ ਟੌਰ ਨਾਲ ਕਹਿੰਦਾ ਫਿਰ ਕੀ ਹੋਇਆ, ਮੈਂ ਤਾਂ ਕੁੱਤੇ ਬੰਦੇ ਨੂੰ ਵੀ ਬੁਲਾ ਲੈਂਦਾ। ਮੈਂ ਕਿਹਾ ਹਾਂ ਜੇ ਤੂੰ ਕੁੱਤੇ ਬੰਦੇ ਨੂੰ ਬੁਲਾ ਲੈਂਦਾ ਤਾਂ ਮੇਰੀਆਂ ਭੈਣਾਂ ਕੁੱਤੀਆਂ ਤੋਂ ਵੀ ਲੰਘੀਆਂ ਜਿਨ੍ਹਾਂ ਨੂੰ ਤੂੰ ਬੁਲਾਉਂਦਾ ਨਹੀਂ। ਮਾਸੜ ਜੀ ਬਰਥਡੇ 'ਤੇ ਜਦ ਆਇਆ ਸੀ ਬੁਲਾਇਆ ਨਹੀਂ ਸੀ ਇਹਨੇ, ਸੁਮਨ ਨੋਰਮਲ ਬੁਲਾਇਆ ਸੀ ਉਦੋਂ ਤਾਂ। ਪਹਿਲਾਂ ਦੀ ਗੱਲ ਆਈ ਹੈ ਜਦ ਇਹਨੂੰ ਰੀਮਾ ਹੁਣੀ ਫ੍ਰੀ 'ਚ BA ਕਰਵਾਉਣ ਨੂੰ ਕਿਹਾ ਸੀ ਤਾਂ ਇਹਨੇ ਇੰਨਾ ਗੁੱਸਾ ਕੀਤਾ ਸੀ ਕਿ ਬੁਲਾਇਆ ਨਹੀਂ ਸੀ 3 ਮਹੀਨੇ ਉਹਨਾਂ ਨੂੰ। ਸੁਮਨ ਦੀ ਮਾਸੜ ਨਾਲ ਕਾਫੀ ਲੰਮੀ ਗੱਲ ਹੋਈ ਹੈ ਅਤੇ ਆਖਰ ਸੁਮਨ ਨੇ ਕਈ ਵਿਚਲੀਆਂ ਗੱਲਾਂ ਵੀ ਮਾਸੜ ਨੂੰ ਦੱਸ ਦਿੱਤੀਆਂ ਤਾਂ ਉਹ ਵੀ ਹੈਰਾਨ ਹੋਏ ਸੁਣ ਕੇ, ਜਦਕਿ ਉਹ ਚਾਹੁੰਦੇ ਸਨ ਬਸ ਇਹ ਘਰ ਵਾਪਸ ਆ ਜਾਵੇ। ਪਰ ਸੁਮਨ 'ਤੇ ਟੁੱਟੇ ਦੁੱਖਾਂ ਦੇ ਅਣਗਿਣਤ ਪਹਾੜ ਜੋ ਕਿ ਅਨੁਜ ਦੀ ਬਦੌਲਤ ਸਨ ਨੇ ਸੁਮਨ ਦੀ ਕਲਮ ਅਤੇ ਸਾਹਾਂ 'ਚ ਕੜੱਤਣ ਭਰ ਦਿੱਤੀ ਸੀ। ਕਰਵਾ ਚੌਥ ਆਉਣ ਵਾਲਾ ਸੀ ਅਤੇ ਸੁਮਨ ਫਿਰ ਕਸ਼ਮਕਸ਼ 'ਚ ਸੀ ਕਿਉਂਕਿ ਉਸ ਨੂੰ ਪਤਾ ਸੀ ਕਿ ਹੁਣ ਫਿਰ ਉਸ ਨੂੰ ਇਹ ਸਭ ਤਮਾਸ਼ੇ ਕਰਨੇ ਪੈਣਗੇ ਕਿਉਂਕਿ ਆਖਰ ਉਹ ਤਲਾਕਸ਼ੁਦਾ ਨਹੀਂ ਸੀ ਅਤੇ ਸਭ ਨੂੰ ਪਤਾ ਸੀ ਸਟਾਫ 'ਚ ਵੀ ਕਿ ਉਹ ਹਮੇਸ਼ਾ ਵਰਤ ਰੱਖਦੀ ਹੈ। ਉੱਪਰ ਤੋਂ ਘਰਦੇ ਵੀ ਉਸ ਨੂੰ ਵਰਤ ਰੱਖਣ ਲਈ ਹੀ ਕਹਿੰਦੇ ਸਨ ਕਿ ਵਿੱਚੋਂ ਛੱਡਣਾ ਨਹੀਂ। ਸੁਮਨ ਨੂੰ ਆਪਣੀ ਜ਼ਿੰਦਗੀ ਇੱਕ ਨਾਟਕ ਲੱਗਣ ਲੱਗਦੀ ਸੀ। ਜਦ ਵੀ ਉਹ ਕੋਈ ਤਿਉਹਾਰ ਆਉਂਦਾ ਸੀ ਸੁਮਨ ਦੁਖੀ ਮਨ ਨਾਲ ਕੀ ਰੱਖਣਾ ਵਰਤ ਹੁਣ ਮੈਂ ਰਹਿਣ ਦਿੰਦੀ ਹਾਂ, ਲਤਾ ਨੂੰ ਇਹ ਕਹਿੰਦੀ ਸੀ ਕਿ ਉਹ ਉਸਦਾ ਖਾਸ ਦਿਨ ਇਸ ਤਰ੍ਹਾਂ ਖਰਾਬ ਨਹੀਂ ਜਾਣ ਦੇਵੇਗੀ। ਇਸ ਲਈ ਉਸਨੇ ਹਰ ਹੀਲੇ ਸੁਮਨ ਨੂੰ ਮਜਬੂਰ ਕਰ ਹੀ ਦੇਣਾ ਇਸ ਦਿਨ ਨੂੰ ਮਨਾਉਣ ਲਈ। ਲਤਾ ਟੈਂਸ਼ਨ 'ਚ, ਪਹਿਲਾਂ ਮੇਰੀ ਗੱਲ ਸੁਣ, ਤੂੰ ਉਹਦੇ ਲਈ ਰੱਖਣਾ, ਤੂੰ ਮੇਰੇ ਲਈ ਜਾਂ ਆਪਣੇ ਲਈ ਨਹੀਂ ਰੱਖ ਸਕਦੀ। ਤੈਨੂੰ ਪਤਾ ਹੈ ਕਿ ਆਪਾਂ ਸਿਰਫ ਬਹਾਨੇ ਨਾਲ ਇਸ ਦਿਨ ਨੂੰ ਮਨਾਈਦਾ, ਤੈਨੂੰ ਵੀ ਪਤਾ ਹੈ ਕਿ ਇੱਦਾਂ ਸੈਡ ਰਹਿਣ ਨਾਲ ਕੀ ਹੋ ਜਾਣਾ, ਕੁਝ ਨਹੀਂ ਹੋਣਾ। ਅੱਛਾ ਤੂੰ ਸਭ ਕੁਝ ਕਰਨਾ ਪਹਿਲਾਂ ਵਾਂਗ, ਨਹੀਂ ਤਾਂ ਮੈਂ ਵੀ ਨਹੀਂ ਕਰਨਾ ਕੁਝ। ਕਦੇ ਕਦੇ ਮੈਨੂੰ ਬਹੁਤ ਫੀਲ ਹੁੰਦਾ ਕਿ ਜੇ ਤੂੰ ਇੰਨੇ ਮਾੜੇ ਬੰਦੇ ਨੂੰ ਇੰਨਾ ਪਿਆਰ ਕਰ ਸਕਦੀ ਹਾਂ ਤਾਂ ਇੱਕ ਚੰਗਾ ਮੁੰਡਾ ਤੇਰੀ ਲਾਈਫ 'ਚ ਹੁੰਦਾ ਤਾਂ ਤੂੰ ਉਹਨੂੰ ਕਿੰਨਾ ਕਰਦੀ। ਚੱਲ ਕੋਈ ਨਹੀਂ, ਮੇਰੇ ਲਈ ਰੱਖ ਲੈ ਵਰਤ, ਤੇਰੀ ਘਰਵਾਲੀ ਹਾਂ ਮੈਂ, ਹੱਸਦੇ ਹੋਏ। ਸੁਮਨ, ਅੱਛਾ ਬਾਬਾ ਕਰ ਲਊਂਗੀ। ਸੁਮਨ ਬਹੁਤ ਦੁਖੀ ਹੁੰਦੀ ਇਹਨਾਂ ਦਿਨਾਂ 'ਚ। ਉਸਦੇ ਦੁੱਖਾਂ 'ਚੋਂ ਇੱਕ ਵਾਰ ਨਿਕਲਦੀ ਉਸਦੀ ਕਲਮ 'ਚੋਂ ਇੱਕ ਹੋਰ ਕਵਿਤਾ ਜੋ ਕਿ ਉਸਨੇ ਅਰਪਿਤ ਵੱਲੋਂ ਖੁਦ 'ਤੇ ਲਿਖੀ। ਉਸਦਾ ਨਾਮ ਸੀ ਫਿਰ ਉਹੀ ਕਰਵਾ ਚੌਥ, ਫਿਰ ਉਹੀ ਕਰਵਾ ਚੌਥ ਆ ਗਿਆ ਕਰਵਾ ਚੌਥ, ਪਰ ਇਸ ਵਾਰ ਕੁਝ ਹੋਰ ਹੀ ਰੰਗ 'ਚ, ਰੰਗ ਜੇ ਜੋ ਉਸਦੇ ਤਾਂ ਹਨ ਸੁਨਹਿਰੀ ਪਰ ਅਸਲ 'ਚ ਨੇ ਗਰਮੀ ਦੀ ਤਿੱਖੀ ਧੁੱਪ ਵਾਂਕਣ, ਕਿਉਂ ਜੋ ਹੁਣ ਨਹੀਂ ਸਜਾਉਂਦੀ ਮੇਰੀ ਮਾਂ। ਸਿਰ 'ਤੇ ਲਾਲ ਸੁਰਖ ਸੰਧੂਰ ਫਿਕਰ ਪੈ ਗਿਆ ਹੈ, ਉਸਦੀ ਮਾਂਗ ਦਾ ਸੰਧੂਰੀ ਰੰਗ ਉੱਤਰ ਆਈ ਹੈ। ਉਸਦੀਆਂ ਅੱਖਾਂ 'ਚ ਲਾਲੀ ਬੇਸੁੱਧ ਹੋ ਗਈ ਹੈ। ਉਸਦੀ ਤੋਰ ਦੀ ਲੋਰ ਜੋ ਕਦੇ ਇਸ ਤਿਉਹਾਰ ਦੇ ਨਾਂ 'ਤੇ ਹੀ ਟਹਿਕਣ ਲੱਗਦੀ ਸੀ ਮੱਧਮ ਪੈ ਗਈ ਹੈ। ਉਸਦੀ ਬਿੰਦੀ ਦੀ ਲਿਸ਼ਕਾਰ ਜੋ ਦਿੰਦੀ ਸੀ ਉਸਨੂੰ ਅਲੱਗ ਹੀ ਅਵਤਾਰ, ਹੁਣ ਨਹੀਂ ਸਜਾਉਂਦੀ ਪਹਿਲਾਂ ਵਾਂਗ। ਉਹ ਆਪਣੇ ਹੱਥਾਂ ਵਿੱਚ ਚੂੜੀਆਂ ਗੁਆਚ ਗਈਆਂ ਹੈ ਕਿਤੇ, ਉਸਦੇ ਚੂੜੇ ਦੀ ਖਨਕਾਰ ਹੁਣ ਨਹੀਂ ਪਾਉਂਦੀ। ਆਪਣੇ ਹੱਥਾਂ 'ਤੇ ਭਰਵੀਂ ਮਹਿੰਦੀ ਦੇ ਡਿਜ਼ਾਈਨ ਕਿਉਂ ਜੋ ਭਾਰੀ ਪੈਂਦੀ ਹੈ। ਉਸਦੇ ਤਨ ਮਨ 'ਤੇ ਹੁਣ ਇਸ ਮਹਿੰਦੀ ਦੀ ਮਹਿਕ ਨਹੀਂ ਫੱਬਦੀ। ਹੁਣ ਉਸ ਨੂੰ ਬੁੱਲਾਂ ਦੀ ਲਾਲੀ ਜਿਸ ਨੂੰ ਲਗਾ ਕੇ ਕਦੇ ਆਪ ਮੁਹਾਰੇ ਹੀ ਹੱਸ ਪੈਂਦੀ ਸੀ, ਕਜਲੇ ਦੀ ਧਾਰ ਨਾਲ ਚਮਕ ਪੈਂਦੀਆਂ ਸੀ ਉਸ ਦੀਆਂ ਅੱਖਾਂ, ਪਰ ਹੁਣ ਰੜਕਦੇ ਨੇ ਕੁਝ ਅਧੂਰੇ ਖੁਆਬ। ਪਾ ਤਾਂ ਲੈਂਦੀ ਹੈ ਹੁਣ ਵੀ ਗੂੜੇ ਰੰਗ ਦੇ ਸੂਟ,
ਪਰ ਨਹੀਂ ਦਿੰਦੀ ਆਪਣੇ ਮਨ ਨੂੰ ਇਹਨਾਂ ਰੰਗਾਂ 'ਚ ਰੰਗ ਜਾਣ ਦੀ ਚਾਹ। ਹੁਣ ਸੱਧਰਾਂ ਦੀ ਚਾਰਪਾਈ 'ਤੇ ਬੈਠ ਲਗਾਉਂਦੀ ਹੈ ਨਿੱਤ ਹਿਸਾਬ ਆਪਣੇ ਬੀਤੇ ਪਲਾਂ ਦਾ। ਕੋਸ਼ਿਸ਼ ਤਾਂ ਬਹੁਤ ਕਰਦੀ ਹੈ ਜਿਤਾਉਣ ਦੀ ਕਿ ਉਸ ਸਮੇਂ ਦੇ ਖਿਆਲ ਉਸਨੂੰ ਬੇਚੈਨ ਨਹੀਂ ਕਰਦੇ, ਪਰ ਮੈਂ ਨਾ ਚਾਹੁੰਦੇ ਹੋਏ ਵੀ ਸੁਣ ਲੈਂਦਾ ਹਾਂ ਉਸ ਦੇ ਅੰਦਰ ਉੱਠਦੇ ਵਾਵਰੋਲੇ ਨੂੰ ਅਤੇ ਮਨ ਹੀ ਮਨ ਰੋ ਪੈਂਦਾ ਹਾਂ ਕਿ ਕਦੇ ਤਾਂ ਚਮਕੇਗੀ ਫਿਰ ਉਸ ਦੇ ਮੱਥੇ 'ਤੇ ਬਿੰਦੀ, ਕਦੇ ਤਾਂ ਖਣਕਾਏਗੀ ਫਿਰ ਉਹ ਆਪਣੇ ਹੱਥਾਂ ਵਿੱਚ ਚੂੜੀਆਂ, ਕਦੇ ਤਾਂ ਮਹਿਕਾਏਗੀ ਉਸ ਦੇ ਹੱਥਾਂ 'ਤੇ ਮਹਿੰਦੀ, ਕਦੇ ਤਾਂ ਹੋਵੇਗੀ ਉਸ ਦੀਆਂ ਅੱਖਾਂ 'ਚ ਪਹਿਲਾਂ ਵਰਗੀ ਚਮਕ, ਕਦੇ ਤਾਂ ਟਹਿਕੇਗੀ ਉਸ ਦੀ ਤੋਰ, ਕਦੇ ਤਾਂ ਹੋਵੇਗੀ ਉਸ ਦੀ ਮਾਂਗ ਸੰਧੂਰੀ, ਕਦੇ ਤਾਂ ਆਵੇਗੀ ਫਿਰ ਉਹੀ ਕਰਵਾ ਚੌਥ। ਇਸ ਕਹਾਣੀ ਦਾ ਅਗਲਾ ਭਾਗ ਤੁਹਾਡੇ ਲਈ ਕੱਲ੍ਹ ਨੂੰ ਪੇਸ਼ ਕੀਤਾ ਜਾਵੇਗਾ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅਤੇ ਬੈੱਲ ਆਈਕਨ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਓ ਅਤੇ ਵੀਡੀਓ ਨੂੰ ਲਾਈਕ ਕਰ ਦਿਓ, ਸ਼ੇਅਰ ਕਰ ਦਿਓ। ਤੁਹਾਡਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।